ਵਿਦੇਸ਼ਾਂ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਇੱਕ ਵੱਡਾ ਮਸਲਾ ਹੈ। ਅਮਰੀਕਾ ਦੇ ਜ਼ਿਆਦਾਤਰ ਲੋਕ ਹਾਲੇ ਵੀ ਸਿੱਖਾਂ ਨੂੰ ਅਫਗਾਨ ਸਮਝਦੇ ਨੇ ਅਤੇ ਅੱਤਵਾਦੀ ਸਮਝ ਕੇ ਵਿਹਾਰ ਕਰਦੇ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਅਮਰੀਕਾ ਦੇ ਜਾਰਜੀਆ ਵਿੱਚ, ਜਿੱਥੇ ਇੱਕ ਸਿੱਖ ਬੱਚੇ ਨੂੰ ਨਸਲੀ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ। ਖਾਸ ਗੱਲ ਇਹ ਹੈ ਕਿ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਜੋ ਯੂਟਿਊਬ 'ਤੇ ਵਾਇਰਲ ਹੋ ਗਈ ਹੈ, ਅਤੇ ਇਹ ਵੀਡੀਓ ਉਸ ਪੀੜਤ ਬੱਚੇ ਵੱਲੋਂ ਹੀ ਬਣਾਈ ਗਈ ਹੈ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਸਿੱਖ ਬੱਚੇ ਦੀ ਵੈਨ ਵਿੱਚ ਜਾ ਰਹੇ ਉਸਦੇ ਸਾਥੀ ਸਕੂਲੀ ਬੱਚੇ ਉਸਨੂੰ ਟੈਰਰਿਸਟ ਜਾਣੀ ਕਿ ਅੱਤਵਾਦੀ ਕਹਿ ਕੇ ਬੁਲਾ ਰਹੇ ਨੇ। ਹਾਲਾਂਕਿ ਸਿੱਖ ਬੱਚਾ ਇਹਨਾਂ ਨਸਲੀ ਟਿੱਪਣੀਆਂ ਦੀ ਪਰਵਾਹ ਨਹੀਂ ਕਰ ਰਿਹਾ। ਉਸਦਾ ਕਹਿਣਾ ਕਿ ਬੱਚੇ ਉਸਨੂੰ ਅਫਗਾਨ ਸਮਝ ਰਹੇ ਨੇ, ਪਰ ਉਹ ਇੱਕ ਸਿੱਖ ਹੈ। ਉਸਨੇ ਇਹ ਵੀ ਕਿਹਾ ਕਿ ਉਸਨੂੰ ਬੱਚਿਆਂ ਦੀ ਗੱਲ ਦੀ ਕੋਈ ਪਰਵਾਹ ਨਹੀਂ ਹੈ। ਦੱਸਿਆ ਜਾ ਰਿਹਾ ਕਿ ਇਹ ਬੱਚਾ ਜਾਰਜੀਆ ਦਾ ਰਹਿਣ ਵਾਲਾ ਹੈ ਅਤੇ ਇਸਦਾ ਨਾਂ ਹਰਸੁਖ ਸਿੰਘ ਹੈ, ਜੋ 6ਵੀਂ ਕਲਾਸ ਦਾ ਵਿਦਿਆਰਥੀ ਹੈ। ਇਸ ਪੂਰੇ ਘਟਨਾਕ੍ਰਮ ਦੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਦੋਂ ਸਿੱਖ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚੇ ਹੋਏ ਨੇ ਅਤੇ ਆਪਣੀ ਵੱਖਰੀ ਪਹਿਚਾਣ ਦੀ ਗੱਲ ਕਰਦੇ ਨੇ, ਤਾਂ ਅਮਰੀਕਾ ਦੇ ਲੋਕ ਸਿੱਖਾਂ ਨੂੰ ਅਫਗਾਨ ਕਿਉਂ ਸਮਝ ਲੈਂਦੇ ਨੇ? ਲੋੜ ਹੈ ਵਿਦੇਸ਼ਾਂ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਉੱਥੇ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ। ਬਿਊਰੋ ਰਿਪੋਰਟ, ਚੈਨਲ 7।